ਅਸਲਾਮੁਆਲਿਕਮ ਰਹਿਮਤੁਲਾਹ ਬਰਕਾਤੋ ਲੋ ਜੀ ਮੈਂ ਛੱਦੇ ਉੱਤੇ ਲੱਗਿਆ ਸੀ ਬਰਸੀਨ ਸਟਿਆ ਲੂਸਣ ਸਟਿਆ ਸੀ ਬੱਚਿਆਂ ਨੂੰ ਸੁਕਾਉਣ ਵਾਸਤੇ ਇੱਕ ਮਾਸ਼ਾਅੱਲਾ ਸ਼ਹਜ਼ਾਦਾ ਬੱਚਾ ਆਇਆ ਸਭ ਤੋਂ ਜਿਹੜੀ ਮੈਨੇ ਜੀ ਅੱਛੀ ਆਦਤ ਲੱਗੀ ਏ ਇਹਨੇ ਮੇਨ ਗੇਟ ਜਿਹੜਾ ਸਾਡਾ ਉਸਦੇ ਉੱਤੇ ਜਨਾਬ ਦਰ ਸਾਡਾ ਖੜਕਾਇਆ ਫਿਰ ਆਵਾਜ਼ ਦਿੱਤੀ ਕਿ ਮੈਂ اندر ਆਉਣਾ ਚਾਹਣਾ ਬਹੁਤ ਪਸੰਦ ਆਈਏ ਮੇਨ ਨਾਲ ਕਿ ਗੇਟ ਖੁੱਲਾ ਸੀ ਆ ਵੀ ਸਕਦਾ ਸੀ ਜਿਹੜਾ ਬਾਹਰ ਮੇਨ ਗੇਟ ਏ ਅਸੀਂ ਰੋਕਣ ਵਾਲੇ ਨਹੀਂ ਸੀ ਅਸੀਂ ਆ ਕੇ ਵੀ ਕਹਿ ਸਕਦਾ ਸੀ ਲੇਕਿਨ ਪਿੱਛੋਂ ਹੀ ਇਹਨੇ ਦਰਵਾਜ਼ਾ ਖੜਕਾਇਆ ਫਿਰ ਨਜ਼ਦੀਕ ਆ ਕੇ ਨੇ ਪੁੱਛਿਆ ਮੈਂ ਮਤਲਬ ਜਿਹੜਾ ਨਾ ਉਹ ਫਾਰਮ ਵਿਜ਼ਿਟ ਵਾਸਤੇ ਆ ਬੜੀ ਖੁਸ਼ੀ ਹੋਈ ਹੈ ਜੀ ਬੜਾ ਦਿਲ ਖੁਸ਼ ਹੋਇਆ ਤੇ ਭਾਈ ਨਾਲ ਵੀ ਥੋੜੀ ਜੀ ਗੱਲਬਾਤ ਕਰਨੀ ਆ ਅਸਲਾਮੁਅਲੈਕਮ ਕੀ ਹਾਲ ਹੈ ਭਜਾਂ ਤੁਹਾਡਾ ਠੀਕ ਆ ਸ਼ੁਕਰ ਨਾਮ ਕੀ ਤੁਹਾਡਾ ਮੁਹੰਮਦ ਉਸਮਾਨ ਅਲੀ ਮੁਹੰਮਦ ਉਸਮਾਨ ਕਿੱਪ ਕਿਹੜਾ ਪਿੰਡ ਮਲਵਾਨ ਅੱਛਾ ਇਹ ਗੁਜ਼ਰ ਰੇ ਸੀ ਤੇ ਤੁਹਾਡੇ ذہن ਚ ਆਇਆ ਕਿ ਮੈਂ ਵਿਜ਼ਿਟ ਕਰ ਲਾਂ ਹਾਂਜੀ ਮੈਂ ਕਿ ਚਲੋ ਜ਼ਰਾ ਦੇਖ ਕੇ ਹੀ ਵਿਜ਼ਿਟ ਕਰ ਲੇ ਫਾਰਮ ਦੇਖ ਕੇ ਇਹ ਕਿਦਾਂ ਖਿਆਲ ਮੈਂ ਗੁਜ਼ਰ ਰੇ ਮੈਨੂੰ ਲੱਗਾ ਘੋੜਿਆਂ ਦਾ ਨਾ ਆਖੇ ਚਲੋ ਦੇਖਾਈਏ ਜਾ ਕੇ ਸਭ ਤੋਂ ਬਾਹਰੋਂ ਫੀਲ ਹੋਇਆ ਕਿ ਅੰਦਰ ਫਾਰਮ ਹੈ ਹਾਂ ਜੀ ਮੈਂ ਉੱਥੇ ਦੇਖਿਆ ਬਾਈ ਨੇ ਕਿ ਅੰਦਰ ਵੀ ਦੋ ਮੈਂ ਕਿ ਚਲੋ ਅੰਦਰ ਚਲੇ ਜਾਂਦੇ ਆ ਅੰਦਰ ਆਏ ਘੋੜੇ ਵੀ ਲੱਭਦੇ ਆ ਵੀ ਮਾਸ਼ਾਅੱਲਾ ਫਿਰ ਆਉਂਦੇ ਆ ਬੱਕਰੀਆਂ ਜਾਨਵਰ ਤੁਸੀਂ ਦੇਖੇ ਨੇ ਯਾਨੀ ਕਿ ਦਿਲ ਖੁਸ਼ ਯਾਨੀ ਕਿ ਤੁਹਾਡੇ ਦਾ ਮਤਲਬ ਤੁਹਾਡੀ ਜਿਹੜੀ ਹੈ ਨਾ ਲਗਨ ਹੈ ਜਾਨਵਰਾਂ ਨਾਲ ਦਿਲ ਦਾ ਤਾਂ ਮੈਂ ਸਾਂਝ ਨਹੀਂ ਚੀਜ਼ ਆ ਮਾਸ਼ਾਅੱਲਾ ਸੋਹਣੀ ਆ ਮੁੱਲਾ ਜੀ ਸਟੂਡੈਂਟ ਮਾਸ਼ਾਅੱਲਾ ਜੀ ਅੱਲਾ ਪਾਕ ਦੀ ਜ਼ਿੰਦਗੀ ਕਰੇ ਅੱਲਾ ਇਹਨਾਂ ਕਾਮਯਾਬ ਕਰੇ ਮੇਨ ਜੀ ਵੀਡੀਓ ਬਣਾਉਣ ਦਾ ਇਸ ਭਾਈ ਨਾਲ ਗੱਪਸ਼ਪ ਦਾ ਇਹ ਹੀ ਮੇਰਾ ਰੀਜ਼ਨ ਸੀ ਵੀਡੀਓ ਵੀ ਤਾਂ ਹੀ ਬਣਾਈਏ ਕਿ ਦੇਖ ਲਓ ਇਹ ਕਿਹੜੀ ਕਲਾਸ ਦੇ ਸਟੂਡੈਂਟ 7 ਦੀ 7 ਦਾ ਕਲਾਸ ਦਾ ਜੀ ਵੇਖੋ ਜੀ 7ਵੀਂ ਕਲਾਸ ਦਾ ਸਟੂਡੈਂਟ ਹੈ ਤੇ ਇਹਦੇ ਅੰਦਰ ਲੱਗਣ ਇਹਦੇ ਅੰਦਰ ਸ਼ੌਕ ਦੇਖੋ ਪੇਪਰ ਦਿੱਤਾ ਇਹਨੇ ਇੱਥੇ ਨਾਲ ਪਿੰਡ ਤੇ ਵਾਪਸੀ ਹੁਣ ਘਰ ਜਾ ਰਿਹਾ ਸੀ ਇੱਥੋਂ ਗੁਜ਼ਰ ਕੇ ਜਾਂਦਾ ਨਾਲ ਹੀ ਇਹਦਾ ਬੈਕ ਸਾਈਡ ਸਾਡੇ ਫਾਰਮ ਦੇ ਪਿੱਛੇ ਨਾਲ ਪਿੰਡ ਤੇ ਇਹ ਚੀਜ਼ ਹੁੰਦੀ ਹੈ ਜੀ ਕਿ ਇਨਸਾਨ ਦੇ ਖੂਨ ਦੇ ਵਿੱਚ ਸਾਡੇ ਜਿਹੜੇ ਅਸੀਂ ਆ ਨਾ ਜੱਟ ਬੂਟ ਬੰਦੇ ਸਾਡੇ ਖੂਨ ਦੇ ਵਿੱਚ ਇਹ ਚੀਜ਼ਾਂ ਵਸੀਆਂ ਨੇ ਸਾਡੀ ਜਾਨਵਰਾਂ ਨਾਲ ਲੱਗਣ ਫਾਰਮ ਨਾਲ ਹਾਲਾ ਕਿ ਦੇਖੋ ਸਟੂਡੈਂਟ ਹੈ ਅੱਜ ਕੱਲ ਦੇ ਬੱਚੇ ਜਿਹੜੇ ਨੇ ਉਹਨਾਂ ਨੇ ਚੀਜ਼ਾਂ ਗੋਰੀ ਨਹੀਂ ਜਾਂਦਾ ਕਿ ਅਸੀਂ ਕਿੱਥੋਂ ਗੁਜ਼ਰ ਰਹੇ ਆ ਜਾਂ ਸਾਡੇ ਅੱਗੇ ਪਿੱਛੇ ਕੋਈ ਚੀਜ਼ ਵੀ ਹੈ ਵੇ ਜ਼ਿਆਦਾ 15 14 ਸਾਲ ਉਮਰ ਹੋ ਜਾਏ ਦੀ ਹ ਲੇਕਿਨ ਇਹ ਹੀ ਹੈ ਕਿ ਸਾਡੇ ਨਾ ਖੂਨ ਦੇ ਵਿੱਚ ਆ ਚੀਜ਼ਾਂ ਰਚੀਆਂ ਨੇ ਇਸ ਵਾਸਤੇ ਸ਼ੌਕ ਇਹਨਾਂ ਦੇ ਅੰਦਰ ਪੈਦਾ ਹੈ ਤੇ ਲੜਕਾ ਜਿਹੜਾ ਸੇ ਸੱਤ ਬੱਚਾ ਜਿਹੜਾ ਛੋਟਾ 7ਵੀਂ ਕਲਾਸ ਦਾ ਸਟੂਡੈਂਟ ਹੈ ਤੇ ਇਹ ਚੀਜ਼ ਇਹਨਾਂ ਛੇਕ ਦੇ ਅੰਦਰ ਲੈ ਆਈ ਹੈ ਤੇ ਮੇਰਾ ਵੀ ਦਿਲ ਬੜਾ ਖੁਸ਼ ਹੋਇਆ ਇਸ ਨੂੰ ਦੇਖ ਕੇ ਜਦੋਂ ਮੁਲਾਕਾਤ ਕਰਕੇ ਤੇ ਇਸ ਵਾਸਤੇ ਨਾ ਮੇਰਾ ਦਿਲ ਕੀਤਾ ਕਿ ਦਿਨਾਂ ਇੱਕ ਵੀਡੀਓ ਬਣਾਈ ਜਾਏ ਤਾਂ ਕਿ ਜਿਹੜੇ ਸਾਡੇ ਇਹ ਜਿਹੜੇ ਅਸੀਂ ਆਨੇ ਆਨੇ ਜੀ ਕਿ ਸ਼ਹਿਰਾਂ ਦੇ ਵਿੱਚ ਬੱਚੇ ਅੱਛੀ ਗੱਲ ਹੈ تعلیم ਪੜ ਰਹੇ ਨੇ ਲੇਕਿਨ ਅਸੀਂ ਉਹਨਾਂ ਦੇ ਖੂਨ ਦੇ ਵਿੱਚੋਂ ਅਸੀਂ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਨਾ ਸਾਡੀਆਂ ਕਲਚਰ ਇਹ ਅਸੀਂ ਬੜੀ ਮੁਸ਼ਕਲ ਨਾਲ ਕੱਢਾਂਦੇ ਬਲਕੇ ਨਿਕਲ ਹੀ ਨਹੀਂ ਸਕਦੀਆਂ ਇਹ ਖੂਨ ਦੇ ਨਾਲ-ਨਾਲ ਚਲਣੀਆਂ ਨੇ ਦੇਖ ਲੋ ਨਾ ਕਰਾ چھوٹਾ ਬੱਚਾ ਹੈ 7ਵੀਂ ਕਲਾਸ ਦਾ ਸਟੂਡੈਂਟ ਹੈ ਤੇ ਇਹਦੇ ਅੰਦਰ ਇਹ ਚੀਜ਼ਾਂ ਹਨ ਸ਼ੌਕੇ ਦੇ ਅੰਦਰ ਪੈਦਾ ਹੋਇਆ ਆਖਰੇ ਦੇ ਦਿਲ ਵਿੱਚ ਕੋਈ ਗੱਲ ਆਈਏ ਤੇ ਅੰਦਰ ਆਇਆ ਹੈ ਵਿਜ਼ਿਟ ਵਾਸਤੇ ਇਹਦੇ ਅੰਦਰ ਦਿਲ ਸੀ ਕਿ ਯਾਰ ਮੈਂ ਜਾਵਾਂ ਦੇਖਾਂ ਕਿ ਅੰਦਰ ਕੀ ਚੀਜ਼ ਹੈ ਆਖਰੇ ਦੇ ਅੰਦਰ ਲਗਨ ਸੀ ਸ਼ੌਕ ਸੀ ਇਹਦੇ ਅੰਦਰ ਕੋਈ ਜਰਾ ਸੀ ਇਸ ਤਰ੍ਹਾਂ ਦੇ ਤੇ ਆ ਜਾਵੇ ਤੇ ਬੜੀ ਜੀ ਖੁਸ਼ੀ ਹੁੰਦੀ ਹੈ ਜਿਸ ਵੇਲੇ ਕੋਈ ਛੋਟੀ ਉਮਰ ਦੇ ਬੱਚੇ ਜਾਂ ਯੰਗ ਲੜਕੇ ਜਿਹੜੇ ਸਟੂਡੈਂਟ ਨੇ ਇਨ ਫਾਰਮਿੰਗ ਦੇ ਵਿਚਾਰ ਆ ਰਹੇ ਨੇ ਜਾਂ ਇਸ ਕੰਮ ਦੇ ਵਿਚਾਰ ਆ ਰਹੇ ਨੇ ਮਿੰਤੇ ਜੀ ਬੜੀ ਖੁਸ਼ੀ ਹੁੰਦੀ ਹੈ ਦਿਲ ਖੁਸ਼ ਹੁੰਦਾ ਮੈਂ ਬਕਾਇਦਾ ਜਨਾਬ ਉਹਨਾਂ ਨੂੰ ਸਲੂਟ ਕਰਨਾ ਤੇ ਮੇਰੀ ਦੁਆ ਹੁੰਦੀ ਹੈ ਕਿ ਅੱਲਾਹ ਤਾਲਾ ਇਹਨਾਂ ਨੂੰ ਕਾਮਯਾਬ ਕਰੇ ਤੇ ਇਹਨਾਂ ਦਾ ਹੌਸਲਾ ਇਹਨਾਂ ਦਾ ਹੌਸਲਾ ਇਹਦੇ ਅੰਦਰ ਬਣਿਆ ਰਵੇ ਹੌਸਲਾ ਫਜ਼ਾਈ ਕਰੀ ਦੀ ਦਾਤ ਦੇ ਦੀ ਦੇਖੋ ਜੀ ਮੇਰੇ ਆ ਦੋ ਕਿਲੇ ਵੀਡੀਓ ਬਣਾਉਣ ਦੇ ਨਾਲ ਬੱਚੇ ਨਾਲ ਮੈਂ ਗੱਲ ਗੱਲਤਗੋ ਕੀਤੀ ਹੈ ਮੈਨੂੰ ਉਮੀਦ ਹੈ ਕਿ ਇਹਦਾ ਵੀ ਹੌਸਲਾ ਫਜ਼ਾਈ ਹੋਏ ਹੋਵੇ ਦੀ ਕਿ ਯਾਰਾ ਇਹ ਕੰਮ ਜਿਹੜਾ ਹੈ ਨਾ ਫਾਰਮਿੰਗ ਸਾਡਾ ਜਿਹੜਾ ਆਪਣਾ ਇਹ ਦੇਸੀ ਕੰਮ ਹੈ ਕਲਚਰ ਹੈ ਸਾਡਾ ਇਹ ਚੀਜ਼ਾਂ ਤੇ ਇਹਦੇ ਅੰਦਰ ਵੀ ਹੌਸਲਾ ਫਜ਼ਾਈ ਪੈਦਾ ਹੋਈ ਹੋਵੇ ਦੀ ਮਜ਼ੀਦ ਇਹਦੇ ਅੰਦਰ ਸ਼ੌਕ ਪੈਦਾ ਆਇਆ ਹੋਵੇ ਤਾਂ ਅੱਲਾਹ ਪਾਕ ਜੀ ਹਮ ਸਲਾਮਤ ਰੱਖੇ ਥੈਂਕ ਯੂ ਥੈਂਕ ਯੂ ਬਾਈ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਅੱਲਾਹ ਹਾਫਿਜ਼